ਰਿਟਾਇਰਡ ਜਸਟਿਸ ਨੇ ਜਿਨ੍ਹਾਂ ਨੇ ਬਹਿਬਲ ਕਲਾਂ ਮਸਲੇ ਦੀ ਉਸ ਵੇਲੇ ਰਿਪੋਰਟ ਤਿਆਰ ਕੀਤੀ ਸੀ। ਸਭ ਤੋਂ ਪਹਿਲੀ ਜਿਹੜੀ ਜਾਂਚ ਰਿਪੋਰਟ ਤਿਆਰ ਹੋਈ ਸੀ ਅਕਾਲੀ ਸਰਕਾਰ ਵੇਲੇ, ਉਹ ਇਹਨਾਂ ਨੇ ਕੀਤੀ ਸੀ ਔਰ ਉਸੇ ਰਿਪੋਰਟ ਨੂੰ ਲੈ ਕੇ ਅਨੇਕਾਂ ਵਿਵਾਦ ਹੋਏ ਸੀ। ਪਬਲਿਕ ਨੂੰ ਪਤਾ ਲੱਗਣਾ ਚਾਹੀਦਾ ਵੀ ਇਹਦੇ ਵਿੱਚ ਹੈ ਕੀ ਹੈ, 2016 ਦੀ ਰਿਪੋਰਟ ਸੀ, ਕਹਿੰਦੇ ਸੀ ਕਿ ਉਹਨੂੰ ਪਬਲਿਕ ਕਰ ਦਿਓ, ਪਬਲਿਕ ਕਰਨੀ ਚਾਹੀਦੀ ਹੈ ਤਾਂ ਕਿ ਪਬਲਿਕ ਨੂੰ ਪਤਾ ਲੱਗੇ ਵੀ ਕੀ ਹੈ ਆਮ ਆਦਮੀ ਪਾਰਟੀ ਸਰਕਾਰ ਦੌਰਾਨ। ਹਾਂ, ਆਮ ਆਦਮੀ ਪਾਰਟੀ ਨੂੰ, ਮੈਂ ਆਮ ਆਦਮੀ ਪਾਰਟੀ 'ਚ ਆਮ ਆਦਮੀ ਪਾਰਟੀ ਦੇ ਕੰਮ ਖਰਾਬ ਕਰਨ ਵਾਸਤੇ ਨਹੀਂ ਇਹ ਚੋਣ ਲੜ ਰਿਹਾ। ਆਮ ਆਦਮੀ ਪਾਰਟੀ ਤੋਂ ਤੁਸੀਂ ਅਸਤੀਫਾ ਦੇ ਦਿੱਤਾ ਜੀ ਆਪਦੇ ਸਾਰੇ ਅਹੁਦਿਆਂ ਤੋਂ? ਸਭ ਕੁਝ ਹੋ ਚੁੱਕਾ, ਰਿਟਰਨ ਭੇਜ ਦਿੱਤਾ, ਸਭ ਕੁਝ ਹੋ ਚੁੱਕਾ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਆਪਣੀ ਪੂਰੀ ਵਾਹ ਲਾ ਰਹੀਆਂ ਨੇ ਹਰ ਸੀਟ ਤੇ, ਐਸਾ ਉਮੀਦਵਾਰ ਉਤਾਰਨ ਦੀ ਤਿਆਰੀ ਤੇ ਕੋਸ਼ਿਸ਼ ਕਿ ਜਿਹੜਾ ਜਿੱਤ ਉਹਨਾਂ ਦੀ ਝੋਲੀ ਪਵਾ ਸਕੇ। ਫਰੀਦਕੋਟ ਸੀਟ ਹੌਟ ਸੀਟ ਦੇ ਤੌਰ ਤੇ ਦੇਖੀ ਜਾ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਕਰਮਜੀਤ ਅਨਮੋਲ ਹੋਰਾਂ ਨੂੰ ਉੱਥੇ ਚੋਣ ਮੈਦਾਨ ਦੇ ਵਿੱਚ ਉਤਾਰਿਆ, ਪਰ ਸਾਹਮਣੇ ਹੰਸ ਰਾਜ ਹੰਸ ਨੂੰ ਉਤਾਰਿਆ ਬੀਜੇਪੀ ਨੇ। ਹਾਲਾਂਕਿ ਬਾਕੀ ਪੱਤੇ ਖੁੱਲਣੇ ਅਜੇ ਬਾਕੀ ਨੇ, ਪਰ ਜੋ ਪਿਛਲੇ ਦਿਨਾਂ ਦੇ ਵਿੱਚ ਦੌਰ ਚੱਲ ਰਿਹਾ ਕਈ ਵਾਰ ਆਪਣੇ ਹੀ ਕੰਮ ਖਰਾਬ ਕਰ ਵੀ ਦਿੰਦੇ ਨੇ। ਫਰੀਦਕੋਟ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਨਾਲ ਕਿਤੇ ਕੁਝ ਅਜਿਹਾ ਤਾਂ ਨਹੀਂ ਵਾਪਰਨ ਵਾਲਾ? ਕਿਉਂ ਇਹ ਗੱਲ ਕਰ ਰਹੇ ਹਾਂ? ਇਹ ਗੱਲ ਇਸ ਲਈ ਕਰ ਰਹੇ ਹਾਂ ਕਿ ਸਾਡੇ ਨਾਲ ਜਸਟਿਸ ਜੋਰਾ ਸਿੰਘ ਹੋਣੀ ਬੈਠੇ ਨੇ। ਜਸਟਿਸ ਜੋਰਾ ਸਿੰਘ ਉਹ ਸ਼ਖਸ ਨੇ ਜਿਹੜੇ 2018 ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ, ਸ਼ਾਮਲ ਹੁੰਦੇ ਨੇ, ਅਰਵਿੰਦ ਕੇਜਰੀਵਾਲ ਇਹਨਾਂ ਨੂੰ ਪਾਰਟੀ ਦੇ ਵਿੱਚ ਲੈ ਕੇ ਜਾਂਦੇ ਨੇ, 19 ਦੀ ਚੋਣ ਲੜਦੇ ਨੇ, ਲੋਕ ਸਭਾ ਚੋਣ ਜਲੰਧਰ ਸੀਟ ਤੋਂ ਲੜਦੇ ਨੇ, ਚੋਣ ਬੇਸ਼ੱਕ ਹਾਰ ਜਾਂਦੇ ਨੇ, ਲੀਗਲ ਸੈੱਲ ਦਾ ਪ੍ਰਧਾਨ ਬਣਾ ਦਿੱਤਾ ਜਾਂਦਾ ਇਹਨਾਂ ਨੂੰ, ਹੁਣ ਜੁਆਇੰਟ ਸੈਕਟਰੀ ਨੇ ਆਮ ਆਦਮੀ ਪਾਰਟੀ ਪੰਜਾਬ ਦੇ, ਪਰ ਕਹਿੰਦੇ ਨੇ ਕਿ ਫਰੀਦਕੋਟ ਤੋਂ ਆਜ਼ਾਦ ਚੋਣ ਲੜਨੀ ਹੈ। ਜਸਟਿਸ ਸਾਹਿਬ ਕੀ ਹੋ ਗਿਆ ਆਪਣੀ ਪਾਰਟੀ ਦੇ ਉਮੀਦਵਾਰ ਦੇ ਖਿਲਾਫ? ਮੈਂ ਪਹਿਲਾਂ ਤੁਹਾਡਾ ਕੁਐਸਚਨ ਦਾ ਜਵਾਬ ਦਿੰਦਾ, ਮੈਂ ਆਮ ਆਦਮੀ ਪਾਰਟੀ 'ਚ ਆਮ ਆਦਮੀ ਪਾਰਟੀ ਦੇ ਕੰਮ ਖਰਾਬ ਕਰਨ ਵਾਸਤੇ ਨਹੀਂ ਇਹ ਚੋਣ ਲੜ ਰਿਹਾ। ਮੈਂ ਕੋਟਕਪੁਰਾ ਬਹਿਬਲ ਕਲਾਂ ਦੀ ਇਨਕੁਆਇਰੀ ਕੀਤੀ ਸੀ, ਜਿਹੜੀ ਰਿਪੋਰਟ ਮੈਂ ਸਬਮਿਟ ਕੀਤੀ ਹੈ 2016 ਦੇ ਵਿੱਚ, ਜੂਨ 2016 ਵਿੱਚ, ਉਸ ਟਾਈਮ ਦੇ ਅਕਾਲੀ ਪਾਰਟੀ ਪਾਵਰ ਸੀਗੀ। ਮੈਂ ਕਾਨੂੰਨ ਦੇ ਮੁਤਾਬਕ ਜਿਹੜੀ ਰਿਪੋਰਟ ਆ ਟੇਬਲ ਹੋਣੀ ਚਾਹੀਦੀ ਹੈ ਵਿਦਿਨ 6 ਮੰਥ, ਉਹਦੇ 'ਤੇ ਅੱਗੇ ਫਰਦਰ ਐਕਸ਼ਨ ਲੈਣਾ ਗੌਰਮੈਂਟ ਦੀ ਡਿਸਕ੍ਰਿਪਸ਼ਨ ਹੈ। ਤੁਹਾਡੇ ਇਸ ਇਸ਼ੂ 'ਤੇ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਜ਼ਹਿਨ ਦੇ ਵਿੱਚ ਉਹ ਚੀਜ਼ ਲਿਆ ਦਿਆਂ ਕਿ ਜਸਟਿਸ ਜੋਰਾ ਸਿੰਘ ਐਕਚੁਅਲ ਦੇ ਵਿੱਚ ਉਹੀ ਰਿਟਾਇਰਡ ਜਸਟਿਸ ਨੇ ਜਿਨ੍ਹਾਂ ਨੇ ਬਹਿਬਲ ਕਲਾਂ ਮਸਲੇ ਦੀ ਉਸ ਵੇਲੇ ਰਿਪੋਰਟ ਤਿਆਰ ਕੀਤੀ ਸੀ। ਸਭ ਤੋਂ ਪਹਿਲੀ ਜਿਹੜੀ ਜਾਂਚ ਰਿਪੋਰਟ ਤਿਆਰ ਹੋਈ ਸੀ ਅਕਾਲੀ ਸਰਕਾਰ ਵੇਲੇ, ਉਹ ਇਹਨਾਂ ਨੇ ਕੀਤੀ ਸੀ ਔਰ ਉਸੇ ਰਿਪੋਰਟ ਨੂੰ ਲੈ ਕੇ ਅਨੇਕਾਂ ਵਿਵਾਦ ਹੋਏ ਸੀ ਕਿ ਆਖਿਰ ਉਹ ਰਿਪੋਰਟ ਤੇ ਕੀ ਹੋਇਆ, ਕਿਉਂ ਨਹੀਂ ਉਸ ਰਿਪੋਰਟ ਤੇ ਕੋਈ ਕਾਰਵਾਈ ਹੋਈ। ਬਿਲਕੁਲ ਠੀਕ ਹੈ, ਮੈਂ ਬਿਲਕੁਲ ਸਹੀ ਕਹਿ ਰਹੇ ਹਾਂ? ਬਿਲਕੁਲ ਬਿਲਕੁਲ ਠੀਕ ਹੈ, ਕਿਉਂਕਿ ਉਸ ਟਾਈਮ ਤੇ ਅਕਾਲੀ ਗੌਰਮੈਂਟ ਨੂੰ ਪਾਵਰ ਸੀਗੀ ਜਦੋਂ ਵਾਕਿਆ ਹੋਇਆ ਇੰਸੀਡੈਂਟ ਹੋਇਆ ਜੂਨ 15 'ਚ ਹੋਇਆ, ਅਤੇ ਮੈਂ ਰਿਪੋਰਟ ਦਿੱਤੀ ਹੈ ਜੂਨ 16 'ਚ, ਕਿਉਂਕਿ ਮੈਂ ਲਾਸਟ ਵੀਕ ਆਫ ਨਵੰਬਰ ਐਜ ਕਮਿਸ਼ਨ ਦਾ ਚੇਅਰਮੈਨ ਜੁਆਇਨ ਕੀਤਾ ਸੀ, ਅਤੇ ਵਿਦਿਨ 6 ਮੰਥ ਮੈਂ ਰਿਪੋਰਟ ਸਬਮਿਟ ਕਰ ਦਿੱਤੀ। ਉਸ ਪੀਰੀਅਡ ਤੋਂ ਬਾਅਦ ਜਿਹੜੀ ਲੀਗਲੀ ਜਿਹੜੇ ਕੋਡ ਮਤਲਬ ਕਾਨੂੰਨ ਦੇ ਮੁਤਾਬਕ ਰਿਪੋਰਟ ਜਿਹੜੀ ਹੈ ਉਹ ਟੇਬਲ ਹੋਣੀ ਚਾਹੀਦੀ ਹੈ ਅਸੈਂਬਲੀ ਦੇ ਵਿੱਚ, ਉਹਦੇ ਉੱਪਰ ਡਿਸਕਸ਼ਨ ਹੋ ਕੇ ਜੋ ਪਾਰਟੀ ਹੈ ਜੋ ਪਾਵਰ 'ਚ ਪਾਰਟੀ ਹੈ ਜਾਂ ਜੋ ਉਹਨਾਂ ਕੀ ਅਸੈਂਬਲੀ ਦੇ ਵਿੱਚ ਕੋਈ ਡਿਸੀਜ਼ਨ ਹੁੰਦਾ ਉਹ ਗੌਰਮੈਂਟ ਦੀ ਡਿਸਕਸ਼ਨ ਹੈ, ਕਿਸੇ ਸਿਕਿਉਰਿਟੀ ਪਰਪਜ਼ ਲਈ ਨਹੀਂ ਲੀਕ ਕਰਨੀ ਜਾਂ ਕਿ ਹੋਰ ਕਿਸੇ ਕਾਰਨ ਕਰਕੇ ਨਹੀਂ ਕੋਈ ਐਕਸ਼ਨ ਲੈਣਾ, ਉਹ ਗੌਰਮੈਂਟ ਦੀ ਡਿਸਕਸ਼ਨ ਆ, ਪਰ ਟੇਬਲ ਹੋਣੀ ਜ਼ਰੂਰੀ ਹੈ। ਜਦੋਂ ਤੁਹਾਡੀ ਰਿਪੋਰਟ 'ਤੇ ਕੁਝ ਨਹੀਂ ਹੋਇਆ ਤਾਂ ਤੁਸੀਂ ਉਸ ਵੇਲੇ ਕਿਤੇ ਨਾ ਕਿਤੇ ਨਿਰਾਸ਼ ਹੋਏ? ਨਹੀਂ, ਨਿਰਾਸ਼ ਹੋਣ ਵਾਲੀ ਗੱਲ ਕਿਉਂਕਿ ਉਹ ਤਾਂ ਲੀਗਲੀ ਕਰਨਾ ਸੀ, ਇਹ ਤਾਂ ਗੌਰਮੈਂਟ ਨੇ ਦੇਖਣਾ ਸੀਗਾ, ਗੌਰਮੈਂਟ ਨੇ ਨਿਰਾਸ਼ ਤਾਂ ਗੌਰਮੈਂਟ ਹੋਈ ਹੈ, ਗੌਰਮੈਂਟ ਨੂੰ ਪ੍ਰੋਬਲਮ ਤਾਂ ਗੌਰਮੈਂਟ ਨੂੰ ਆਈ ਹੈ।
ਕਿਉਂਕਿ ਤਕਰੀਬਨ ਸਾਰਿਆਂ ਦੇ ਸਾਹਮਣੇ ਧਿਆਨ ਚ ਇਸ਼ੂ ਆ ਚੁੱਕਿਆ ਆਲਰੇਡੀ, ਬਹੁਤ ਚਰਚਾ ਹੋ ਚੁੱਕੀ ਹੈ। ਪਰ ਹੁਣ ਤੁਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਸਾਹਮਣੇ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ। ਮੈਂ ਉਹੀ ਦੱਸ ਰਿਹਾ ਵੀ ਉਸ ਤੋਂ ਬਾਅਦ ਕਾਂਗਰਸ ਪਾਰਟੀ ਆਈ ਹੈ, ਉਹਨਾਂ ਨੇ ਵੀ ਕੋਈ ਐਕਸ਼ਨ ਲਿਆ। ਮੈਂ ਜੁਆਇਨ ਕੀਤਾ ਆਮ ਆਦਮੀ ਪਾਰਟੀ 2018 ਦੇ ਵਿੱਚ, ਨੈਕਸਟ ਈਅਰ ਨਾ ਕਿ ਇਲੈਕਸ਼ਨ ਹੁੰਦੀ ਹੈ। ਕੇਜਰੀਵਾਲ ਸਾਹਿਬ ਕਹਿੰਦੇ ਵੀ ਤੁਸੀਂ ਇਲੈਕਸ਼ਨ ਜ਼ਰੂਰ ਲੜਨਾ। ਮੈਂ ਐਕਚੁਲੀ ਨਾ ਕਿ ਨਾ ਪੋਲੀਟੀਸ਼ੀਅਨ ਜੀ, ਨਾ ਕੋਈ ਮੇਰੀ ਕੋਈ ਸੀ। ਅਤੇ ਫਿਰ ਪਾਰਟੀ ਨੂੰ ਮੈਂ ਕਿਹਾ ਠੀਕ ਹੈ, ਜਿੱਥੇ ਤੁਹਾਨੂੰ ਸੂਟ ਕਰਦਾ, ਜਿਹੜੇ ਪਾਰਟੀ ਦੇ ਕੋਈ ਮਤਲਬ ਜਿੱਥੇ ਵੀ ਪਾਰਟੀ ਨੂੰ ਫਾਇਦਾ ਹੈਗਾ ਉੱਥੇ ਮੈਂ ਇਲੈਕਸ਼ਨ ਲੜਨ ਨੂੰ ਤਿਆਰ ਹਾਂ। ਕਿਤੇ ਬਠਿੰਡੇ ਦਾ, ਕਿਤੇ ਫਤਿਹਗੜ੍ਹ ਸਾਹਿਬ ਦਾ, ਕਿਤੇ ਮੈਂ ਕਿਹਾ ਚਲੋ ਕੋਈ ਗੱਲ, ਜਿੱਥੇ ਮਰਜ਼ੀ ਤੁਸੀਂ ਕਹੋ ਉੱਥੇ ਮੈਂ ਇਲੈਕਸ਼ਨ ਲੜਨ ਨੂੰ ਤਿਆਰ ਹਾਂ। ਅਲਟੀਮੇਟਲੀ ਮੈਨੂੰ ਜਲੰਧਰ ਦਾ ਕਹਿਤਾ, ਮੈਂ ਠੀਕ ਹੈ ਇਲੈਕਸ਼ਨ ਲੜ ਲਈ ਗਿਆ। ਉਸ ਤੋਂ ਬਾਅਦ ਫਿਰ ਮੈਂ ਜਿਹੜਾ ਲੀਗਲ ਵਿੰਗ ਦਾ ਰਿਹਾ ਪ੍ਰੈਜੀਡੈਂਟ, ਜਦੋਂ ਮੈਂ ਜੁਆਇਨ ਕੀਤਾ ਉਸ ਤੋਂ ਬਾਅਦ ਮੇਰੀ ਕੇਜਰੀਵਾਲ ਸਾਹਿਬ ਨਾਲ ਕਈ ਵਾਰੀ ਮੀਟਿੰਗ ਹੋਈ। ਮੈਂ ਉਹਨਾਂ ਨੂੰ ਕਈ ਗੱਲਾਂ ਹੋਰ ਵੀ ਗੱਲ ਕਰਦਾ ਰਿਹਾ, ਚਲੋ ਜਿਹੜੀਆਂ ਵੀ ਹੈ। ਇਹ ਵੀ ਮੈਂ ਉਹਦੇ ਪੁਆਇੰਟ ਆਊਟ ਕੀਤਾ ਵੀ ਮੇਰੀ ਰਿਪੋਰਟ ਜਿਹੜੀ ਆ ਪਬਲਿਕ ਕਰਨੀ ਚਾਹੀਦੀ, ਕਿਉਂਕਿ ਪਬਲਿਕ ਨੂੰ ਪਤਾ ਲੱਗਣਾ ਚਾਹੀਦਾ ਵੀ ਇਹਦੇ 'ਚ ਹੈ ਕੀ ਹੈ, ਹੂ ਇਜ਼ ਐਟ ਫਾਲਟ। 2016 ਦੀ ਰਿਪੋਰਟ ਸੀ, ਹਾਂ, ਕਹਿੰਦੇ ਸੀ ਕਿ ਉਹਨੂੰ ਪਬਲਿਕ ਕਰ ਦਿਓ, ਪਬਲਿਕ ਕਰਨੀ ਚਾਹੀਦੀ ਹੈ ਤਾਂ ਕਿ ਪਬਲਿਕ ਨੂੰ ਪਤਾ ਲੱਗੇ ਵੀ ਕੀ ਹੈ ਆਮ ਆਦਮੀ ਪਾਰਟੀ ਸਰਕਾਰ ਦੌਰਾਨ। ਹਾਂ, ਆਮ ਆਦਮੀ ਪਾਰਟੀ ਨੂੰ, ਲੇਕਿਨ ਉਹ ਕੋਈ ਉੱਤੇ ਮੈਨੂੰ ਕਿਸੇ ਨਹੀਂ ਗੱਲ ਕੀਤਾ। ਕਿੰਨਾ ਕੋਲ ਮਸਲਾ ਉਠਾਇਆ ਉਸ ਵੇਲੇ? ਇਹ ਕੇਜਰੀਵਾਲ ਸਾਹਿਬ ਕੋਲ ਆਇਆ, ਉਦੋਂ ਬਾਅਦ ਨਾ ਕਿ ਜਿਹੜੇ ਦੂਜੇ ਇੰਚਾਰਜ ਹੈ ਉਹਨਾਂ ਨੂੰ ਵੀ ਕਿਹਾ, ਫਿਰ ਇਨ ਰਾਈਟਿੰਗ ਵੀ ਸੰਦੀਪ ਪਾਠਕ ਜਿਹੜੇ ਹੈਗੇ ਆ ਪੈਂਡ, ਉਹਨਾਂ ਨੂੰ ਵੀ ਲਿਖ ਕੇ ਦਿੱਤਾ, ਉਹਨਾਂ ਨੂੰ ਟੈਲੀਫੋਨ 'ਤੇ ਵੀ ਕਿਹਾ, ਸੀਐਮ ਸਾਹਿਬ ਨੂੰ ਵੀ ਮੈਂ ਲਿਖ ਕੇ ਭੇਜਿਆ ਵੀ ਮੇਰੀ ਰਿਪੋਰਟ ਪਬਲਿਕ ਕਰੋ। ਕਿਉਂਕਿ ਪਿੱਛੇ ਜੇ 2 ਕੁ ਮਹੀਨੇ ਪਹਿਲਾਂ ਨਾ ਕਿ DSP ਜਿਹੜਾ ਹੈਗੇ ਆ ਸਿੱਖੋਂ ਸੰਗਰੂਰ ਤੋਂ ਕੋਈ ਰੈਲੀ ਦੇ ਵਿੱਚ ਬੋਲ ਰਹੇ ਸੀਗੇ ਅਤੇ ਉਹਨਾਂ ਨੇ ਓਪਨਲੀ ਕਿਹਾ ਵੀ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਪਬਲਿਕ ਹੋਣੀ ਚਾਹੀਦੀ ਹੈ, ਜਾਂ ਐਟਲੀਸਟ ਪਬਲਿਕ ਨੂੰ ਪਤਾ ਲੱਗਣਾ ਚਾਹੀਦਾ ਵੀ ਹੂ ਇਜ਼ ਇਟ ਫਾਲਟ, ਪਬਲਿਕ ਇਹਦੇ ਵਿੱਚ ਕਿਹੜੇ ਪੋਲੀਟੀਸ਼ੀਅਨ ਇਨਵੋਲਵ ਆ, ਕਿਹੜੇ ਜਿਹੜੇ ਆਪਣੇ ਪਬਲਿਕ ਸਰਵੈਂਟ ਐਗਜੈਕਟਿਵ ਦੇ ਪੁਲਿਸ ਦੇ ਇਨਵੋਲਵ ਆ। ਮੈਨੂੰ ਵੀ ਮੈਸੇਜ ਪੱਤਰਕਾਰ ਨੇ ਜਦੋਂ ਉਦੋਂ ਉਹਨਾਂ ਨੇ ਕਿਹਾ ਅਤੇ ਮੈਂ ਕਿਹਾ ਮੈਂ ਤਾਂ ਆਲਰੇਡੀ ਕਹਿ ਚੁੱਕਾ ਗਿਆ ਵੀ ਕਰਨੀ ਚਾਹੀਦੀ ਹੈ, ਫਿਰ ਮੈਂ ਲਿਖ ਕੇ ਵੀ ਭੇਜਿਆ ਅਤੇ ਡਿਸਪੈਟ ਦੈਟ ਨਹੀਂ ਹੋਈ। ਪਬਲਿਕ ਮੇਰੀ ਰਿਪੋਰਟ ਹੋਣੀ ਚਾਹੀਦੀ ਹੈ, ਪਬਲਿਕ ਨੂੰ ਪਤਾ ਲੱਗਣਾ ਚਾਹੀਦਾ ਜਥੇਦਾਰ ਕੌਂਕੇ ਦਾ ਮਰਡਰ ਹੋਇਆ, ਆਫਟਰ 30 ਈਅਰ ਰਿਪੋਰਟ ਆਈ ਬਾਹਰ, ਉਹਦੇ ਵਿੱਚ ਬੜਿਆਂ ਦਾ ਰੋਲ ਨਾ ਕੀ ਨਿਕਲਿਆ। ਹੁਣ ਮੇਰੀ ਰਿਪੋਰਟ ਜੇ ਅੱਜ 16 ਤੋਂ ਬਾਅਦ 15 ਦਾ ਇੰਸੀਡੈਂਟ ਆ, 16 ਦੀ ਰਿਪੋਰਟ ਆ ਗਈ, ਅੱਜ ਹੈਗੀ 24 ਤੋਂ ਬਾਅਦ ਜੇ 10 ਸਾਲਾਂ ਬਾਅਦ ਇਹ ਰਿਪੋਰਟ ਆ ਗਈ ਆਉਂਦੀ ਕਿਸੇ ਤਰੀਕੇ ਨਾਲ ਬਾਹਰ, ਅਤੇ ਉਸ ਟਾਈਮ ਜਿਹੜੇ ਦੋਸ਼ੀ ਹੈਗੇ ਆ ਉਹ ਕਿਤੇ ਨਾ ਕਿਤੇ ਜਾਣੇ, ਕੋਈ ਕਿਤੇ ਕੋਈ ਰਿਟਾਇਰ ਹੋਣਾ, ਕੋਈ ਲੀਡਰ ਇੱਧਰ ਉੱਧਰ ਹੋ ਜਾਣਾ ਹੈਗਾ। ਨਹੀਂ ਪਰ ਸਰਕਾਰ ਦਾ ਦਾਅਵਾ ਕਰ ਰਹੀ ਹੈ ਕਿ ਬੜੀ ਤੇਜ਼ੀ ਦੇ ਨਾਲ ਕੰਮ ਹੋ ਰਿਹਾ, ਉਹ ਕਹਿੰਦੇ ਨੇ ਕਿ ਕਿਸੇ ਨੂੰ ਬਖਸ਼ਣਾ ਨਹੀਂ, ਫਿਰ ਐਸਾ ਕਿਉਂ ਤੁਹਾਨੂੰ ਲੱਗਦਾ? ਬਖਸ਼ਣਾ ਨਹੀਂ ਤਾਂ ਜਿਹੜੇ ਉਹਦੇ ਵਿੱਚ ਮੁਲਜ਼ਮਾਂ ਨਾਲ ਇਨਵੋਲਵ ਹੈਗੇ ਆ ਉਹਨਾਂ ਨੂੰ ਤਾਂ ਮਿਲਦੀਆਂ ਹੈਗੀਆਂ ਪੋਸਟਾਂ, ਜਿਹੜੇ ਵਕੀਲ ਵਿੱਚ ਇਨਵੋਲਵ ਆ ਉਹਦੀ ਵਾਈਫ ਨੂੰ ਨਾ ਕਿ ਸਰਕਾਰ ਮਤਲਬ AG ਦਫ਼ਤਰ 'ਚ ਨੌਕਰੀ ਮਿਲਦੀ ਆ ਉਹ ਜਾਇਜ਼ ਆ। ਇਹਨਾਂ ਸਭ ਚੀਜ਼ਾਂ ਦੇ ਕਰਕੇ ਤੁਸੀਂ ਫੈਸਲਾ ਲਿਆ ਕਿ ਤੁਸੀਂ ਹੁਣ ਫਰੀਦਕੋਟ ਤੋਂ ਆਜ਼ਾਦ ਚੋਣ ਲੜੋ? ਇਸ ਕਰਕੇ ਮੈਂ ਕਿਹਾ ਜੋ ਮੇਰੇ ਰਿਕੁਐਸਟ ਕਰਨ ਦੇ ਬਾਵਜੂਦ, ਇੱਕ ਤਾਂ ਇਹ ਪੁਆਇੰਟ ਹੈ, ਦੂਸਰਾ ਮੈਂ ਲੀਗਲ ਵਿੰਗ ਦੇ ਵਿੱਚ ਪ੍ਰੈਜੀਡੈਂਟ ਰਿਹਾ ਅਤੇ ਬੜੇ ਵਕੀਲ ਨਾ ਕਿ ਰਿਕੁਐਸਟ ਕੀਤੀ ਜੁਆਇਨ ਕਰਾਏ, ਸਾਰਿਆਂ ਦੀ ਰਿਕੁਐਸਟ ਸੀ ਵੀ ਸਾਨੂੰ 5-4 ਮਿੰਟ ਵਾਸਤੇ ਮੀਟਿੰਗ ਕਰਾਓ, ਕੇਜਰੀਵਾਲ ਸਾਹਿਬ ਨਾਲ ਕਰਾਓ, CM ਸਾਹਿਬ ਨਾਲ ਕਰਾਓ, ਜਰਨੈਲ ਸਿੰਘ ਨਾਲ ਕਰਾ ਦਿਓ, ਜਾਂ ਨਾ ਕਿ ਆਹ ਪਾਠਕ ਜੀ ਇਹ ਨਾਲ ਕਰਾਓ। ਮੈਂ ਟੈਲੀਫੋਨ 'ਤੇ ਵੀ ਰਿਕੁਐਸਟ ਵੀ ਰਾਈਟਿੰਗ ਵੀ ਰਿਕੁਐਸਟ ਕੀਤੀ ਪਰ ਕਿਸੇ ਨੇ 5 ਮਿੰਟ ਦਾ ਟਾਈਮ ਨਹੀਂ ਨਿਕਲਿਆ।
ਮੈਂ ਕਿਹਾ ਐਟਲੀਸਟ ਜੋ ਉਹਨਾਂ ਦੀ ਗਰੀਵੈਂਸ ਆ, ਜੋ ਉਹਨਾਂ ਦੀ ਪ੍ਰੋਬਲਮ ਆ, ਸੁਣ ਲਓ। ਸੁਣਨ ਤੋਂ ਬਾਅਦ ਨਾ ਕਿ ਸੋਲਵ ਕਰਨੀ ਹੈ ਨਾ ਕਰਨੀ, ਤੁਹਾਡੀ ਜ਼ਿੰਮੇਵਾਰੀ ਆ। ਐਟਲੀਸਟ ਜੋ ਆਦਮੀ ਵਕੀਲ ਹੈਗੇ ਆ ਉਹ ਆਪਾਂ ਨੂੰ ਡਿਫੈਂਡ ਕਰਦੇ ਆ ਕੋਰਟਾਂ ਦੇ ਵਿੱਚ, ਨਾ ਕਿ ਪੋਲੀਟੀਸ਼ੀਅਨ ਨੂੰ ਵਕੀਲ ਹੀ ਡਿਫੈਂਡ ਕਰਦੇ ਆ। ਜੇ ਵਕੀਲ ਜਿਹੜੇ ਪਾਰਟੀ ਦੇ ਵਿੱਚ ਆਪਣੇ ਨੂੰ ਡਿਫੈਂਡ ਕਰ ਰਹੇ ਆ, ਆਪਾਂ ਉਹਨਾਂ ਦੀ ਨਹੀਂ ਸੁਣਾਂਗੇ ਤਾਂ ਫਿਰ ਕਿਸੇ ਸੁਣਾਂਗੇ? ਜੇ ਉਹੀ ਮਤਲਬ ਇਸ ਤਰ੍ਹਾਂ ਫੀਲ ਕਰ ਰਿਹਾ ਤਾਂ ਇਹ ਨਾਟ ਪ੍ਰੋਪਰ। ਇਸ ਕਰਕੇ ਮੈਂ ਕਿਹਾ ਵੀ ਤੁਸੀਂ ਚਾਹੀਦੀ ਹੈ ਤੁਹਾਨੂੰ ਉਹਨਾਂ ਦੀ ਗਰੀਵੈਂਸ ਸੁਣੋ। ਇਹ ਪਰਸਨਲੀ ਮੈਂ ਰਿਕੁਐਸਟ ਕੀਤੀ ਸਾਰਿਆਂ ਨੂੰ, ਇਨ ਰਾਈਟਿੰਗ ਵੀ ਭੇਜਿਆ ਲਿਖ ਕੇ। ਉਸ ਤੋਂ ਬਾਅਦ ਤੁਹਾਨੂੰ ਇਹ ਰਸਤਾ ਲੱਗਿਆ ਕਿ ਹੁਣ ਨਹੀਂ? ਮਤਲਬ ਫਿਰ ਮੈਂ ਕਿਹਾ ਵੀ ਜੇ ਪਾਰਟੀ ਨਹੀਂ ਚਾਹੁੰਦੀ ਗਈ ਇਹ, ਮੈਨੂੰ ਕੀ ਤਰ੍ਹਾਂ ਨਾ ਕਰਨ? ਪਬਲਿਕ ਦੇ ਦੇਖੀ, ਪਬਲਿਕ ਮੈਂ ਦੱਸਾਂਗਾ, ਪਬਲਿਕ ਆਪੇ ਫਿਰ ਉਹਨਾਂ ਨੂੰ ਕੁਐਸਚਨ ਕਰੇਗੀ, ਨਾ ਕਰੇ ਨਾ ਕਰੇ ਉਹਨਾਂ ਦੀ ਮਰਜ਼ੀ ਆ। ਰਿਪੋਰਟ ਹੁਣ ਤੁਸੀਂ ਪਬਲਿਕ ਜਾ ਕੇ? ਮੈਂ ਹਾਂ ਪਬਲਿਕ ਨੂੰ ਦੱਸਾਂਗਾ ਵੀ ਰਿਪੋਰਟ ਦੇ ਵਿੱਚ ਕੀ ਹੈ। ਚੋਣ ਪ੍ਰਚਾਰ ਦੇ ਦੌਰਾਨ ਤੁਸੀਂ ਉਹ ਰਿਪੋਰਟ ਜਨਤਕ ਕਰੋਗੇ? ਉਸ ਰਿਪੋਰਟ ਦੇ ਵਿੱਚ ਮੈਂ ਦੱਸਾਂਗਾ ਕੀ ਹੋਇਆ ਉੱਥੇ, ਕੌਣ ਹੈਗੇ ਇਨਵੋਲਵਡ। ਉਸ ਚੋਣ ਲੜਨ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕਿ ਜੇ ਤੁਸੀਂ ਜਿੱਤ ਜਾਂਦੇ ਹੋ ਤਾਂ ਫਿਰ ਤੁਸੀਂ ਉਹ, ਤੁਹਾਨੂੰ ਲੱਗਦਾ ਕਿ ਉਸ ਰਿਪੋਰਟ 'ਤੇ ਤੁਸੀਂ ਕਾਰਵਾਈ ਕਰਵਾ ਸਕੋਗੇ? ਡੈਫੀਨੇਟਲੀ ਮੈਂ ਜਿਹੜੀ ਪ੍ਰੈਸ਼ਰ ਕਰਾਂਗਾ ਜਿਹੜੀ ਪਾਰਟੀ ਪਾਵਰ 'ਚ ਹੋਏਗੀ ਵੀ ਇਹਨੂੰ ਰਿਪੋਰਟ ਨੂੰ ਕਰੋ, ਜੋ ਐਕਸ਼ਨ ਜੀ ਤੇ ਬਣਦਾ ਕਰਨਾ ਚਾਹੀਦਾ ਗਾ। ਜੇ ਕੋਈ ਆਦਮੀ ਕ੍ਰਾਈਮ ਕਰਦਾ, ਜੇ ਆਪਾਂ ਉਹ 'ਤੇ ਐਕਸ਼ਨ ਲੈਂਦੇ ਤਾਂ ਫਿਰ ਲਾਇਨ ਆਰਡਰ ਦੀ ਪ੍ਰੋਬਲਮ ਅੱਗੇ ਸੋਲਵ ਹੋਏਗੀ ਜਾਂ ਨਾ ਕਿ ਉਦੋਂ ਬਾਅਦ ਡਿਟੋਰੀਏਟ ਹੋਗੀ? ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਸਾਹਮਣੇ ਤੁਸੀਂ ਚੋਣ ਲੜ ਰਹੇ ਹੋ, ਆਮ ਆਦਮੀ ਪਾਰਟੀ ਤੋਂ ਤੁਸੀਂ ਅਸਤੀਫਾ ਦੇਤਾ ਜੀ ਆਪਦੇ ਸਾਰੇ ਅਹੁਦਿਆਂ ਤੋਂ? ਸਭ ਕੁਝ ਹੋ ਚੁੱਕਾ, ਰਿਟਰਨ ਭੇਜ ਦਿੱਤਾ, ਸਭ ਕੁਝ ਹੋ ਚੁੱਕਾ, ਤੁਹਾਡਾ ਅਸਤੀਫਾ ਮਨਜ਼ੂਰ ਹੋ ਗਿਆ? ਹੋਵੇ ਨਾ ਹੋਵੇ ਮੈਨੂੰ ਕੋਈ ਫਰਕ ਨਹੀਂ ਹੈ, ਹੋਵੇ ਨਾ ਹੋਵੇ ਮੈਨੂੰ ਕੀ ਤਰ੍ਹਾਂ ਜਾ। ਜਦੋਂ ਤੁਸੀਂ ਫੈਸਲਾ ਕੀਤਾ ਕਿ ਮੈਂ ਆਜ਼ਾਦ ਚੋਣ ਲੜਨੀ ਹੈ ਤਾਂ ਤੁਹਾਨੂੰ ਫਿਰ ਕੋਈ ਸੰਪਰਕ ਕੀਤਾ ਕਿਸੇ ਨੇ? ਆ ਰਿਹਾ ਟੈਲੀਫੋਨ ਇਲਾਕੇ ਚੋਂ, ਆ ਰਿਹਾ ਉੱਪਰੋਂ ਵੀ, ਆ ਰਿਹਾ ਥੱਲੇ ਵੀ, ਆ ਰਿਹਾ ਟੈਲੀਫੋਨ ਤੁਹਾਡਾ। ਉਸ ਤੋਂ ਬਾਅਦ ਫਿਰ ਕੀ ਤੁਹਾਡੀ ਪ੍ਰਤੀਕਿਰਿਆ? ਮੈਂ ਤਾਂ ਗੱਲਬਾਤ ਨਾਲ ਗੱਲ ਮਸਲਾ ਹੋ ਸਕਦਾ, ਜਦੋਂ ਕਦੇ ਮਿਲਣਗੇ ਆਉਣਗੇ ਮੇਰੇ ਕੋਲ ਫਿਰ ਮੈਂ ਮੇਰੇ ਨਾਲ ਗੱਲ ਬੈਠ ਕੇ ਕਰਨਗੇ, ਮੈਂ ਦੱਸ ਦਾਂਗੇ ਵੀ ਭਾਈ ਆ ਦੱਸੋ, ਹੁਣ ਤੁਸੀਂ ਦੱਸੋ ਕੀ ਪ੍ਰੋਬਲਮ ਹੈ? ਨਹੀਂ ਜਿਹੜੀ ਹੁਣ ਤੁਹਾਡੀ ਗੱਲਬਾਤ ਹੋਈ ਉਹਦੇ ਵਿੱਚ ਕਿਸੇ ਨੇ ਕਿਹਾ ਕਿ ਆਪਾਂ ਕੋਈ ਗੱਲ ਨਹੀਂ ਰਿਪੋਰਟ 'ਤੇ ਫੈਸਲਾ ਕਰ ਲੈਂਦੇ? ਕੋਈ ਮੇਰੇ ਕੋਲ ਆਉਣਗੇ ਤਾਂ ਫਿਰ ਦੇਖ ਲਾਂਗੇ, ਟੈਲੀਫੋਨ ਆ ਰਿਹਾ ਮੈਂ ਕੋਈ ਗੱਲ ਨਹੀਂ ਮਿਲ ਲਿਓ, ਜਿਵੇਂ ਤੁਹਾਡੇ ਪੱਤਰਕਾਰ ਭਾਈ ਸਾਹਿਬ ਆ ਰਹੇ ਆ ਉਹਨਾਂ ਨੂੰ ਮਿਲ ਰਹੇ ਆ। ਅੱਛਾ ਤੁਸੀਂ ਬੇਸਿਕਲੀ ਮੋਗੇ ਦੇ ਹੋ ਔਰ ਫਰੀਦਕੋਟ ਸੀਟ ਦੇ ਵਿੱਚ ਹੀ ਉਹ ਮੋਗਾ ਆਉਂਦਾ, ਤੁਹਾਡਾ ਪਿੰਡ ਲਾਲ ਲਾਜਪਤ ਰਾਏ ਜੀ ਦਾ ਪਿੰਡ ਢੁੱਡੀ ਗਿਆ, ਤੁਸੀਂ ਰਹਿਣ ਵਾਲੇ ਹੋ ਔਰ ਉਸੇ ਪਾਰਲੀਮੈਂਟ ਹਲਕੇ ਦੇ ਵਿੱਚ ਤੁਹਾਡਾ ਪਿੰਡ ਆਉਂਦਾ, ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਦੀ ਪੋਜੀਸ਼ਨ, ਕਿਸ ਤਰ੍ਹਾਂ ਦੀ ਸਥਿਤੀ ਤੁਹਾਡੀ ਉੱਥੇ ਰਹਿ ਸਕਦੀ ਕਿਉਂਕਿ ਜਲੰਧਰ ਦੇ ਵਿੱਚ ਤੁਹਾਨੂੂੰ ਹਾਰ ਦੇਖਣੀ ਪਈ ਸੀ? ਜਲੰਧਰ ਤਾਂ ਬਿਲਕੁਲ ਮੈਂ ਨਿਊ ਸੀਗਾ ਨਾ, ਮੈਨੂੰ ਜਲੰਧਰ ਦੇ ਵਿੱਚ ਮੇਰਾ ਮਤਲਬ ਮੇਰੀ ਫਸਟ ਪੋਸਟਿੰਗ ਜਲੰਧਰ ਸੀਗੀ, ਠੀਕ ਹੈ 77 ਦੇ ਵਿੱਚ। ਉਸ ਤੋਂ ਬਾਅਦ ਮੈਂ ਜਲੰਧਰ ਦੀ ਮੇਰੀ ਪੋਸਟਿੰਗ ਨਹੀਂ ਰਹੀ, ਠੀਕ ਹੈ। ਪਾਰਟੀ ਨੂੰ ਮੈਂ ਇਹ ਕਿਹਾ ਸੀ ਵੀ ਜਿੱਥੇ ਤੁਹਾਨੂੰ ਪਾਰਟੀ ਨੂੰ ਠੀਕ ਲੱਗਦਾ ਉੱਥੇ ਮੈਨੂੰ ਡਿਊਟੀ ਲਾਉਣੀ ਆ, ਲਾ ਦਿਓ ਨਹੀਂ ਲਾਉਣੀ ਨਾ ਲਓ, ਆਈ ਵਾਜ਼ ਨੋਟ ਇੰਟਰਸਟਡ। ਪਾਰਟੀ ਨੇ ਕਿਹਾ ਠੀਕ ਹੈ ਜਲੰਧਰ ਆ ਜੀ, ਠੀਕ ਹੈ। ਉਸ ਟਾਈਮ ਤਾਂ ਪਾਰਟੀ ਦਾ ਕੋਈ ਇੰਨਾ ਮਤਲਬ ਇਹ ਵਾਲੀ ਨਹੀਂ ਗੱਲ ਕਹਿ ਸਕਦੇ ਸੀਗੇ। ਚਲੋ ਐਤਕੀ ਤੁਸੀਂ ਚੋਣ ਲੜਨ ਦੀ ਇੱਛਾ ਜਿਤਾਈ ਸੀ ਪਾਰਟੀ ਮੂਹਰੇ? ਦੇਖੋ ਭੇਜ ਜਦੋਂ ਐਮ ਐਲ ਏ ਦੀ ਹੋਈ ਉਦੋਂ ਮੈਂ ਕਿਹਾ ਸੀਗਾ ਵੀ ਮੈਂ ਇਲੈਕਸ਼ਨ ਜੇ ਮੈਨੂੰ ਲੜਾਉਣੀ ਤਾਂ ਮੈਂ ਆਪਣੇ ਇਲਾਕੇ 'ਚੋਂ ਲੜਨੀ ਆ ਵਿਧਾਨ ਸਭਾ 'ਚੋਂ। ਹਾਂ ਉਹ ਕਹਿੰਦੇ ਠੀਕ ਹੈ, ਮੈਂ ਉੱਥੇ ਆਪਣੇ ਇਲਾਕੇ ਦੇ ਵਿੱਚ 8-10 ਵਾਰੀ ਆਪਣੇ ਪਿੰਡਾਂ ਮੁੰਡਾਂ ਦੇ ਵਿੱਚ, ਆਪਣੇ ਰਿਸ਼ਤੇਦਾਰਾਂ ਵਿੱਚ, ਹੋਰ ਜਾਣ ਪਛਾਣ ਵਾਲਿਆਂ 'ਚ ਮਿਲਿਆ, ਵੇਖਿਆ ਵੀ ਕੀ ਗੱਲ ਆ, ਕਿਸ ਤਰ੍ਹਾਂ ਦਾ ਪੋਜੀਸ਼ਨ ਕੀ ਆ, ਕਿਵੇਂ ਨਹੀਂ, ਕੀ ਹੈ ਪਾਰਟੀ ਬਾਰੇ। ਉਦੋਂ ਸੀ ਫਿਰ ਉਹ ਮਤਲਬ ਨਹੀਂ ਉੱਥੇ ਨਹੀਂ ਅਨਾਊਂਸਮੈਂਟ ਨਹੀਂ, ਉੱਥੋਂ ਫਿਰ ਅਨਾਊਂਸ ਕਰਤਾ, ਫਿਰ ਮੈਂ ਕਿਹਾ ਵੀ ਨਹੀਂ ਮੈਂ ਹੋਰ ਜਗ੍ਹਾ ਨਹੀਂ ਮੈਂ ਲੜਨਾ। ਹੁਣ ਪਾਰਲੀਮੈਂਟ ਵੇਲੇ ਤੁਸੀਂ ਫਿਰ ਦੁਬਾਰਾ ਜਦੋਂ ਐਲਾਨ ਕੀਤਾ ਜਾਂ ਪਹਿਲਾਂ ਇੱਕ ਵਾਰੀ ਤੁਸੀਂ ਸੰਪਰਕ ਕੀਤਾ
ਪਾਰਟੀ ਨੂੰ ਕਿਹਾ ਕਿ ਮੈਨੂੰ ਐਤਕੀ ਪਾਰਲੀਮੈਂਟ ਚੋਣ ਲੜਾਂ? ਮੈਂ ਬਿਲਕੁਲ ਪਾਰਟੀ ਨੂੰ ਆਪਣਾ ਵਿਖੜਾ ਪਾਰਟੀ ਨੂੰ ਪਾਰਟੀ ਦਾ ਕੀ ਕੇਜਰੀਵਾਲ ਸਾਹਿਬ ਕਹਿੰਦੇ ਸਾਨੂੰ ਸਭ ਪਤਾ ਹੈਗਾ, ਅਸੀਂ ਆਪਣੇ ਆਪ ਹੀ ਜਿਹਨੂੰ ਉਹਨਾਂ ਕੀ ਟਿਕਟ ਦੇਣੀਆਂ ਨੂੰ ਅਨਾਊਂਸ ਕਰ ਦੇਣਾ, ਬੁਲਾ ਲੈਣਾ, ਮੰਗਣ ਦੀ ਕੋਈ ਲੋੜ ਨਹੀਂ। ਪਾਰਲੀਮੈਂਟ ਦੇ ਵਿੱਚ ਤੁਸੀਂ ਜਾਣ ਦੀ ਇੱਛਾ ਰੱਖਦੇ ਹੋ ਤਾਂ ਹੀ ਆਜ਼ਾਦ ਚੋਣ ਲੜ ਰਹੇ ਹੋ, ਤਾਂ ਫਿਰ ਜਿਹੜੀ ਪਾਰਟੀ ਦੇ ਵਿੱਚ ਤੁਸੀਂ ਮੌਜੂਦਾ ਬੈਠੇ ਸੀ, ਤੁਹਾਨੂੰ ਨਹੀਂ ਲੱਗਾ ਕਿ ਇੱਕ ਵਾਰੀ ਫਿਰ ਕਰਕੇ ਦੇਖ ਲਈ ਟਰਾਈ, ਕਿ ਤੁਹਾਨੂੰ ਲੱਗਦਾ ਸੀ ਕਿ ਟਿਕਟ ਨਹੀਂ ਮਿਲੇਗੀ? ਨਹੀਂ, ਮੈਨੂੰ ਇਹ ਮੈਂ ਇਸ ਬਾਰੇ ਮੈਨੂੰ ਕੋਈ ਹੈ ਹੀ ਨਹੀਂ ਗਾ, ਮਤਲਬ ਕੋਈ ਮੁਸ਼ਕਲ ਨਹੀਂ ਵੀ ਜਾ, ਮੈਨੂੰ ਕੋਈ ਅਫਸੋਸ ਨਹੀਂ ਗਾ ਵੀ ਟਿਕਟ ਮਿਲੀ ਨਹੀਂ ਮਿਲੀ। ਮੈਂ ਤਾਂ ਜਿਸ ਕਰਕੇ ਮੈਂ ਪਾਰਟੀ 'ਚ ਆਇਆ ਸੀ, ਪਾਰਟੀ 'ਚ ਮੈਂ ਇਸ ਕਰਕੇ ਆਇਆ ਸੀ ਵੀ ਆਮ ਪਬਲਿਕ ਦਾ ਕੋਈ ਕਿਸੇ ਪਾਸੇ ਕੋਈ ਸੁਣਵਾਈ ਨਹੀਂ। ਚਲੋ ਮੈਂ ਨਾ ਕੀ ਹੈ ਜੋ ਮਤਲਬ ਰਿਟਾਇਰਡ ਜੱਜ ਹੋਣ ਕਰਕੇ ਅਤੇ ਕਈਆਂ ਨੂੰ ਕੋਈ ਸਲਾਹ ਵੀ ਦੇ ਸਕਦਾ, ਕਿਸੇ ਨੂੰ ਗਾਈਡ ਵੀ ਕਰ ਸਕਦਾ, ਕਿਸੇ ਨੂੰ ਕਹਿ ਵੀ ਸਕਦਾ, ਪੁਲਿਸ ਵਾਲਿਆਂ ਨੂੰ ਵੀ ਕਹਿ ਸਕਦਾ ਕਿ ਹੋਰ ਜਗ੍ਹਾ 'ਤੇ ਵੀ ਧੱਕਾ ਨਹੀਂ ਕਰਨਾ, ਲੀਗਲੀ ਜੋ ਕੰਮ ਕਿਸੇ ਦਾ ਬਣਦਾ ਉਹ ਕਰੋ, ਕਿਸੇ ਨੂੰ ਨਜਾਇਜ਼ ਨਾ ਕਰੋ, ਜਿਹੜਾ ਜ਼ੁਲਮ ਮੁਲਜ਼ਮ ਹੈ ਉਹਨੂੰ ਕਾਰਵਾਈ ਕਰੋ, ਕੋਈ ਇੰਟਰਫੀਰੈਂਸ ਨਹੀਂ। ਤਾਂ ਇਸ ਕਰਕੇ ਮੈਂ ਨਕੀ ਪਾਰਟੀ ਜੁਆਇਨ ਕੀਤੀ ਸੀ। ਇਸ ਚੋਣ ਦੇ ਵਿੱਚ ਤੁਹਾਡਾ ਮੁੱਦਾ ਮੁੱਖ ਤੌਰ 'ਤੇ ਬਹਿਬਲ ਕਲਾਂ ਗੋਲੀਕਾਂਡ ਅਤੇ ਬੇਅਦਬੀ ਦੇ ਮਾਮਲੇ? ਬਿਲਕੁਲ, ਇਹ ਬਾਕੀ ਮੁੱਦੇ ਤਾਂ ਹੈ, ਕਿਸਾਨਾਂ ਵਾਲਾ ਮੁੱਦਾ ਵੀ ਮੈਂ ਅਰੇਂਜ ਕਰਾਂਗਾ, ਕਿਸਾਨਾਂ ਦਾ ਹੈਗਾ, ਮਜ਼ਦੂਰਾਂ ਦਾ, ਕਿਸਾਨਾਂ ਦਾ, ਬਾਕੀ ਡਰੱਗਸ ਦਾ ਹੈਗਾ, ਆਪਣੇ ਸੈਂਡ ਲੈਂਡ ਮਾਫੀਏ ਚੱਲਦੇ ਆ, ਗੈਂਗਵਾਰਾਂ ਹੋ ਰਹੀਆਂ ਹੈਗੀਆਂ, ਜੇਲ੍ਹਾਂ ਦੇ ਵਿੱਚ ਕੀ ਹੋ ਰਿਹਾ ਹੈਗਾ, ਇਹ ਸਾਰੇ ਨਾ ਕੀ ਮੁੱਦੇ ਨਾ ਕੀ ਅਰੇਂਜ ਕਰਾਂਗੇ। ਕਿਸੇ ਹੋਰ ਪਾਰਟੀ ਨੇ ਤੁਹਾਡਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ? ਨਹੀਂ, ਮੈਨੂੰ ਤਾਂ ਕਿਉਂ ਕਰਨਗੇ ਸੰਪਰਕ, ਜੋ ਮੈਂ ਹੀ ਨਹੀਂ ਕਿਸੇ ਨੂੰ ਨਾ ਕੀ ਹੁੰਦਾ ਨਾ ਵੀ ਉੱਧਰ ਬਾਗੀ ਹੋ ਗਿਆ ਅਤੇ ਨਾ ਬਾਗੀ ਵਾਲੀ ਕੋਈ ਗੱਲ ਨਹੀਂ, ਬਾਗੀ ਵਾਲੀ ਕੋਈ ਲਿਆਉਣ ਅਤੇ ਭੇਜਣ ਵਾਲਾ ਦੌਰ ਬੜਾ ਚੱਲ ਰਿਹਾ ਨਾ, ਉਹ ਚੱਲਦਾ ਹੋਊਗਾ ਪਾਰਟੀ 'ਚ, ਪਰ ਮੈਂ ਉਸ ਕੈਟਾਗਰੀ 'ਚ ਨਹੀਂ ਵੀ ਮੈਨੂੰ ਕੋਈ ਅਪਰੋਚ ਕਰ ਸਕੇ। ਮੈਨੂੰ ਪਹਿਲੇ ਵੀ ਜਿਹੜੇ ਮਿਨਿਸਟਰ ਹੈਗੇ ਆ ਉਹ ਵੀ ਟੈਲੀਫੋਨ ਕਰਕੇ ਮੇਰੇ ਨਾਲ ਗੱਲ ਕਰਦਾ ਸੀ ਵੀ ਆਉਣਾ ਮਿਲਣਾ ਹੈਗਾ, ਮਤਲਬ ਇਹ ਨਹੀਂ ਵੀ ਮੈਂ ਨਾ ਕਿ ਹਰ ਇੱਕ ਜਿਹੜਾ ਮਰਜ਼ੀ ਆ ਕੇ ਮੈਨੂੰ ਟੈਲੀਫੋਨ ਕਰਕੇ ਨਾ ਕਿ ਮਿਲਣਾ। ਜਦੋਂ ਤੁਸੀਂ ਇੱਕ ਵਾਰੀ ਪੋਲਿਟਿਕਸ ਦੇ ਵਿੱਚ ਆ ਗਏ, ਆਮ ਆਦਮੀ ਪਾਰਟੀ ਤੁਸੀਂ ਜੁਆਇਨ ਕਰ ਲਈ, ਉਸ ਤੋਂ ਬਾਅਦ ਤੁਸੀਂ ਪੋਲੀਟੀਸ਼ੀਅਨ ਬਣ ਗਏ, ਤਾਂ ਕਿਸੇ ਹੋਰ ਪਾਰਟੀ ਨੇ ਨਹੀਂ ਕੋਸ਼ਿਸ਼ ਕੀਤੀ ਕਿ ਤੁਹਾਡੇ ਨਾਲ ਸੰਪਰਕ ਕਰ ਲੈਣ? ਨਹੀਂ, ਦੇਖੋ ਮੈਂ ਆਮ ਆਦਮੀ ਪਾਰਟੀ 'ਚ ਆਇਆ ਸੀ, ਕਿਸੇ ਨੇ ਕਈ ਵਾਰੀ ਹੁੰਦੀ ਗੱਲ, ਪਰ ਮੈਂ ਕਿਹਾ ਵੀ ਨਹੀਂ, ਮੈਂ ਕੋਈ ਜਿਹੜੀ ਇੱਕ ਵਾਰੀ ਪਾਰਟੀ ਜੁਆਇਨ ਕਰ ਲਈ ਉੱਥੇ ਹੀ ਸਟੇਕ ਕਰਨਾ ਗਾ, ਮੈਂ ਸਿਰਫ ਕੋਈ ਚੋਣ ਜਿੱਤਣ ਜਾਂਦਾ ਕਿ ਕੋਈ ਹੋਰ MLA ਮਿਨਿਸਟਰ ਬਣਨ ਦੇ, ਨਹੀਂ ਮੈਨੂੰ ਕੋਈ ਲਾਲਚ, ਕਿਉਂਕਿ ਆਲਰੇਡੀ ਮੈਂ ਸਭ ਕੁਝ ਦੇ ਚੁੱਕਾ ਹੈਗਾ, ਜੋ ਇਹਨਾਂ ਨੂੰ ਚਾਹੀਦਾ ਨਾ ਕਿ ਮਿਨਿਸਟਰ MLA ਨੂੰ ਵੀ ਲਾਲ ਬੱਤੀ ਵਾਲੀ ਜੀ ਆਹ ਗੱਡੀ ਇੱਧਰ ਉੱਧਰ ਉੱਧਰ ਪਿਛਲੇ ਅੱਗੇ ਪਿੱਛੇ ਨਾ ਕਿ ਉਹ ਸਾਰਾ ਕੁਝ ਮੈਂ ਦੇ ਚੁੱਕਾ, ਉਹ ਤਾਂ ਮੈਨੂੰ ਕੋਈ ਉਹਦੇ 'ਚ ਹੈ ਹੀ ਨਹੀਂ ਸੀ। ਮੇਰਾ ਸਿਰਫ ਨਾ ਕਿ ਪਰਪਸ ਸੀ ਵੀ ਆਮ ਲੋਕ ਜਿਹੜੇ ਆਮ ਜਿਨ੍ਹਾਂ ਨਾਲ ਜਿਆਦਤੀਆਂ ਹੁੰਦੀਆਂ ਉਹਨਾਂ ਦਾ ਮੁੱਦਾ ਕਿਵੇਂ ਉਠਾਇਆ ਜਾ ਸਕਦਾ, ਉਹ ਕਿਵੇਂ ਉਹਨਾਂ ਦੀ ਪ੍ਰੋਬਲਮ ਸੋਲਵ ਹੋ ਸਕਦੀ ਹੈ। ਕੀ ਹਜੇ ਵੀ ਕੋਈ ਗੱਲਬਾਤ ਬਣ ਸਕਦੀ ਹੈ ਜੇ ਪਾਰਟੀ ਤੁਹਾਡੇ ਨਾਲ ਸੰਪਰਕ ਕਰੇ, ਤੁਸੀਂ ਹਜੇ ਵੀ ਫੈਸਲਾ ਵਾਪਸ ਲੈ ਸਕਦੇ ਹੋ ਆਪਣਾ? ਨਹੀਂ, ਜੱਜ ਫੈਸਲਾ ਵਾਪਸ ਲੈਂਦੇ ਹੁੰਦੇ ਕਦੇ? ਕਦੇ ਸੁਣਿਆ ਵੀ ਜੱਜ ਨੇ ਇੱਕ ਵਾਰੀ ਅਨਾਊਂਸ ਕਰਤਾ ਫੈਸਲਾ ਵਾਪਸ ਲਵੇ? ਹਾਲੇ ਤਾਂ ਕੁਛ ਨਹੀਂ ਕੀਤਾ, ਨਹੀਂ ਮੈਂ ਤਾਂ ਹਾਲੇ ਕੱਲ੍ਹ ਹੀ ਜਾਂਦੀ ਕਿਹਾ ਵੀ ਮੇਰਾ ਇੱਛਾ ਨਾ ਕੀ ਚਾਹੀਦਾ ਵੀ ਮੈਂ ਨਾ ਕੀ ਲੜਾਂਗਾ, ਬਾਕੀ ਜੇ ਕੋਈ ਆਉਂਦਾ ਵੇਖਿਆ ਗਿਆ ਦੱਸੇਗਾ, ਆਪਣਾ ਪੁਆਇੰਟ ਦੱਸੇਗਾ, ਮੈਂ ਆਪਣਾ ਦੱਸਾਂਗਾ। ਜੇ ਹਾਲੇ ਵੀ ਕੋਈ ਹੋਰ ਪਾਰਟੀ ਤੁਹਾਨੂੰ ਸੰਪਰਕ ਕਰਦੀ ਹੈ ਤਾਂ ਫਿਰ ਵੀ ਉਹ ਦੇਖੋ, ਉਹ ਕੋਈ ਇਹੋ ਜਿਹੀ ਗੱਲ ਨਹੀਂ ਵੀ ਕੋਈ ਸੰਪਰਕ ਕਰੇਗਾ ਤਾਂ ਮੈਨੂੰ ਨਾ ਕੀ ਮੈਂ ਨਾ ਕੀ ਚੇਂਜ ਹੋ ਜਾਏਗਾ, ਇਹੋ ਜਿਹੀ ਕੋਈ ਨਹੀਂ ਗੀ ਵੀ ਕੋਈ ਪਾਰਟੀ ਨਾ ਕੀ ਮੈਨੂੰ ਕਹੇ ਵੀ ਅਸੀਂ ਤੁਹਾਨੂੰ ਦਿੰਦੇ ਹਾਂ। ਮੁੱਖ ਤੌਰ 'ਤੇ ਮਕਸਦ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਉੱਥੇ ਜਿੱਤਣ ਦੀ ਕਪੈਸਿਟੀ 'ਚ, ਜਾਂ ਫਿਰ ਤੁਹਾਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਮੈਂ ਪੂਰਾ ਜ਼ੋਰ ਲਾ ਲਿਆ, ਸਰਕਾਰ ਨੂੰ ਜ਼ੋਰ ਲਾ ਕੇ ਵੇਖ ਲਿਆ, ਮੇਰੀ ਰਿਪੋਰਟ 'ਤੇ ਕੋਈ ਕਾਰਵਾਈ ਨਹੀਂ ਹੋਈ, ਜਨਤਕ ਨਹੀਂ ਕੀਤੀ ਗਈ, ਅਤੇ ਮੈਂ ਉਹਨਾਂ ਦੇ ਉਮੀਦਵਾਰ ਨੂੰ ਹਰਾ ਕੇ ਕਿਤੇ ਨਾ ਕਿਤੇ ਤੁਸੀਂ ਉਹ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕਰਨਾ ਚਾਹੁੰਦੇ? ਨਹੀਂ, ਇਹ ਤਾਂ ਦੇਖੋ ਜਿਹੜੇ ਪ੍ਰੈਸ ਵਾਲੇ ਆ ਉਹਨਾਂ ਦੀ ਇਹ ਹੈਗਾ ਵਿਊ, ਮੇਰਾ ਨਾ ਕਿ ਜਿਹੜੀ ਥਿੰਕ ਗਿਆ, ਮੈਂ ਥਿੰਕ ਮੇਰੀ ਇਹੀ ਹੈ ਵੀ ਪਬਲਿਕ ਨੂੰ ਮੈਂ ਦੱਸਣਾ ਵੀ
ਵੀ ਉੱਥੇ ਬਹਿਬਲ ਕਲਾਂ ਕੋਟਕਪੁਰੇ 'ਚ ਕੀ ਹੋਇਆ, ਕੌਣ ਜ਼ਿੰਮੇਵਾਰ ਆ? ਮੈਂ ਕਿਹਾ ਮੈਨੂੰ ਹਰਾਉਣ ਜਿੱਤਣ ਵਾਲਾ ਕੋਈ ਕਿਸੇ ਨਾਲ ਤਲਕ ਨਹੀਂ ਗਾ। ਆਖਿਰ ਦੇ ਵਿੱਚ ਤੁਹਾਡੇ ਮੂੰਹੋਂ ਇੱਕ ਵਾਰੀ ਫਿਰ ਤੋਂ ਸੁਣਨਾ ਚਾਹੂੰਗਾ ਤਾਂ ਤੁਸੀਂ ਚੋਣ ਪ੍ਰਚਾਰ ਦੇ ਦੌਰਾਨ ਆਪਣੀ ਕੀਤੀ ਇਨਕੁਆਇਰੀ, ਆਪਣੀ ਕੀਤੀ ਜਾਂਚ ਦੀ ਰਿਪੋਰਟ ਆ ਜਿਹੜੀ ਉਹ ਜਨਤਕ ਕਰੋਗੇ, ਲੋਕਾਂ ਤੱਕ ਉਹ ਪਹੁੰਚਾਓਗੇ? ਬਿਲਕੁਲ, ਮੈਂ ਉਹ ਜਿਹੜੀ ਰਿਪੋਰਟ ਆ ਉਹਦੇ 'ਚ ਕੌਣ ਜ਼ਿੰਮੇਵਾਰ ਆ, ਕੀ ਹੋਇਆ ਉੱਥੇ, ਉਹਦੇ ਬਾਰੇ ਦੱਸਾਂਗਾ। ਤਾਂ ਜਸਟਿਸ ਜੋਰਾ ਸਿੰਘ, ਰਿਟਾਇਰਡ ਜਸਟਿਸ ਜੋਰਾ ਸਿੰਘ ਆਮ ਆਦਮੀ ਪਾਰਟੀ ਦਾ ਹਿੱਸਾ ਰਹੇ, ਚੋਣ ਲੜੇ, ਔਰ ਇਹ ਉਹ ਰਿਟਾਇਰਡ ਜਸਟਿਸ ਨੇ ਜਿਨ੍ਹਾਂ ਨੇ ਬਹਿਬਲ ਕਲਾਂ ਔਰ ਕੋਟਕਪੁਰਾ ਦੇ ਵਿੱਚ ਜੋ ਕੁਝ ਵਾਪਰਿਆ ਇਹਨਾਂ ਮਸਲਿਆਂ ਦੀ ਜਾਂਚ ਕੀਤੀ ਸੀ, ਜਾਂਚ ਰਿਪੋਰਟ ਪੇਸ਼ ਕੀਤੀ ਸੀ, ਪਰ ਉਸ ਰਿਪੋਰਟ ਨੂੰ ਲੈ ਕੇ ਵੀ ਅਨੇਕਾਂ ਵਿਵਾਦ ਹੋਏ ਸੀ, ਉਸ ਰਿਪੋਰਟ ਨੂੰ ਲੈ ਕੇ ਅਨੇਕਾਂ ਵਿਵਾਦ ਹੋਏ ਸੀ, ਚਰਚਾਵਾਂ ਹੋਈਆਂ ਸੀ, ਪਰ ਕਹਿੰਦੇ ਨੇ ਕਿ ਜਦੋਂ ਮੇਰੀ ਉਹ ਰਿਪੋਰਟ ਅੱਜ ਤੱਕ ਜਨਤਾ ਦੇ ਸਾਹਮਣੇ ਨਹੀਂ ਗਈ ਤਾਂ ਫਿਲਹਾਲ ਫੈਸਲਾ ਕਰ ਲਿਆ। ਆਮ ਆਦਮੀ ਪਾਰਟੀ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਅਤੇ ਚੋਣ ਲੜਾਂਗਾ ਆਜ਼ਾਦ, ਫਰੀਦਕੋਟ ਪਾਰਲੀਮੈਂਟ ਸੀਟ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਅਤੇ ਚੋਣ ਪ੍ਰਚਾਰ ਦੇ ਵਿੱਚ ਕਹਿੰਦੇ ਨੇ ਕਿ ਉਸ ਜਾਂਚ ਰਿਪੋਰਟ ਦਾ ਇਕੱਲਾ ਇਕੱਲਾ ਅੱਖਰ ਪੜ੍ਹ ਕੇ ਸੁਣਾਵਾਂਗਾ, ਇਕੱਲਾ ਇਕੱਲਾ ਪੰਨਾ ਲੋਕਾਂ ਦੇ ਸਾਹਮਣੇ ਰੱਖਾਂਗਾ ਜਿਹੜਾ ਹੁਣ ਤੱਕ ਨਹੀਂ ਰੱਖਿਆ ਗਿਆ, ਉਹ ਖੁਦ ਜਾ ਕੇ ਚੋਣ ਪ੍ਰਚਾਰ ਦੇ ਦੌਰਾਨ ਲੋਕਾਂ ਸਾਹਮਣੇ ਰੱਖਾਂਗਾ ਕਿ ਆਖਿਰ ਉਸ ਘਟਨਾ ਦੇ ਲਈ ਜ਼ਿੰਮੇਵਾਰ ਕੌਣ ਹੈ, ਕੌਣ ਉਸ ਦੇ ਵਿੱਚ ਮੁਲਜ਼ਮ ਹੈ, ਕੌਣ ਦੋਸ਼ੀ ਹੈ, ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਦੇਖਦੇ ਹਾਂ ਫਿਲਹਾਲ ਪਾਰਲੀਮੈਂਟ ਚੋਣਾਂ ਨੂੰ ਲੈ ਕੇ ਜਿਸ ਤਰ੍ਹਾਂ ਦਾ ਮਾਹੌਲ ਗਰਮਾਇਆ ਹੋਇਆ, ਅਨੇਕਾਂ ਮੁੱਦੇ, ਅਨੇਕਾਂ ਚਰਚਾਵਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਛਿੜਦੀਆਂ ਨਜ਼ਰ ਆ ਸਕਦੀਆਂ ਨੇ।